ਜਲੰਧਰ ਦੇ ਵਿੱਚ GST ਭਵਨ ਨੂੰ ਭਿਆਨਕ ਅੱਗ ਲੱਗੀ ਹੈ। ਇਹਨਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਟਾਕੀਆਂ ਦੇ ਵਿੱਚੋਂ ਅੱਗ ਦੇ ਭਾਂਬੜ ਨਿਕਲਦੇ ਹੋਏ ਨਜ਼ਰ ਆ ਰਹੇ ਨੇ। ਹਾਲੇ ਤੱਕ ਇਸ ਭਿਆਨਕ ਅੱਗ ਤੇ ਕਾਬੂ ਨਹੀਂ ਪਾਇਆ ਗਿਆ। ਜਲੰਧਰ ਦੇ GST ਭਵਨ ਦੀ ਇਹ ਬਿਲਡਿੰਗ ਹੈ ਜਿੱਥੇ ਇਹ ਭਿਆਨਕ ਅੱਗ ਲੱਗੀ। ਮੌਕੇ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ ਨੇ। ਅੱਗ ਬੁਝਾਉਣ ਦੇ ਲਗਾਤਾਰ ਯਤਨ ਕੀਤੇ ਜਾ ਰਹੇ ਨੇ। ਕਰੀਬ 1 ਘੰਟਾ ਹੋ ਗਿਆ ਇਸ ਭਿਆਨਕ ਅੱਗ ਤੇ ਕਾਬੂ ਨਹੀਂ ਪਾਇਆ ਗਿਆ ਤਾਂ ਕਾਲੇ ਗੂੜੇ ਰੰਗ ਦੇ ਧੂੰਏ ਦੇ ਗੁਬਾਰ ਅਸਮਾਨੀ ਚੜ੍ਹਦੇ ਜਾ ਰਹੇ ਨੇ। ਟਾਕੀਆਂ ਵਿੱਚੋਂ ਦੀ ਅੱਗ ਦੇ ਭਾਂਬੜ ਬਾਹਰ ਨਿਕਲ ਰਹੇ ਨੇ ਔਰ ਅੰਦਰ ਜਿਹੜਾ ਸਮਾਨ ਪਿਆ ਸੀ ਸੜ ਕੇ ਸਵਾਹ ਹੋ ਚੁੱਕਿਆ। ਸੋ ਦੱਸਦੇ ਕਿ GST ਭਵਨ ਜਲੰਧਰ ਦੇ ਵਿੱਚ ਇਹ ਭਿਆਨਕ ਅੱਗ ਲੱਗੀ ਹੈ। ਮੌਕੇ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ ਨੇ। ਇਸ ਭਿਆਨਕ ਅੱਗ ਤੇ ਕਾਬੂ ਪਾਉਣ ਦੇ ਯਤਨ ਕੀਤੇ ਜਾ ਰਹੇ ਨੇ ਪਰ 1 ਘੰਟਾ ਹੋ ਗਿਆ ਪਰ ਹਾਲੇ ਤੱਕ ਇਸ ਅੱਗ ਤੇ ਕਾਬੂ ਨਹੀਂ ਪਾਇਆ ਗਿਆ। ਤਾਂ ਇਹ ਜਲੰਧਰ ਦੀ GST ਬਿਲਡਿੰਗ ਹੈ ਜੋ ਅੱਗ ਦੀ ਲਪੇਟ ਵਿੱਚ ਆਈ। ਟਾਕੀਆਂ ਵਿੱਚੋਂ ਦੀ ਅੱਗ ਦੇ ਭਾਂਬੜ ਬਾਹਰ ਨਿਕਲੇ ਨੇ। ਹਾਲੇ ਤੱਕ ਇਹ ਅੱਗ ਨਹੀਂ ਬੁਝੀ। ਅੰਦਰ ਜਿੰਨਾ ਸਮਾਨ ਪਿਆ ਸੀ ਸਾਰਾ ਸੜ ਕੇ ਸਵਾਹ ਹੋ ਚੁੱਕਿਆ। ਇਸ ਬਿਲਡਿੰਗ ਨੂੰ ਖਾਲੀ ਕਰਵਾਇਆ ਗਿਆ। ਫਾਇਰ ਬ੍ਰਿਗੇਡ ਦੇ ਮੁਲਾਜ਼ਮ ਲਗਾਤਾਰ ਪਾਈਪਾਂ ਦੇ ਰਾਹੀਂ ਇਸ ਅੱਗ ਨੂੰ ਬੁਝਾਉਣ ਦੇ ਵਿੱਚ ਲੱਗੇ ਹੋਏ ਨੇ। ਤਾਂ ਇਹ GST ਦੀ ਬਿਲਡਿੰਗ ਹੈ ਜਿੱਥੇ ਭਿਆਨਕ ਅੱਗ ਲੱਗੀ ਹੈ। ਕਾਰਨ ਦਾ ਹਾਲੇ ਐਟ ਦਿਸ ਸਟੇਜ ਕਾਰਨ ਬਾਰੇ ਨਹੀਂ ਦੱਸਿਆ ਜਾ ਸਕਦਾ ਕਿਉਂਕਿ ਮੇਨ ਸਾਡਾ ਜਿਹੜਾ ਕੰਸਰਨ ਹੈ ਉਹ ਅੱਗ ਬੁਝਾਉਣ 'ਤੇ ਆ। ਸਾਡੀ 5 ਗੱਡੀਆਂ ਇਸ ਟਾਈਮ ਓਪਰੇਸ਼ਨਲ ਹੈ, ਬਾਕੀ ਗੱਡੀਆਂ ਅਸੀਂ ਕਰਤਾਰਪੁਰ ਤੋਂ ਫਗਵਾੜਾ ਕਮੇਟੀ ਤੋਂ ਰੈਕੁਏਸ਼ਨ ਕਰ ਲਈਆਂ ਅਤੇ ਲੁਧਿਆਣਾ ਵੀ ਮੈਸੇਜ ਦੇ ਦਿੱਤਾ। ਲੇਕਿਨ ਜੋ ਮੌਕਾ ਦੇਖਣ ਤੋਂ ਲੱਗ ਰਿਹਾ ਕਿ ਅੱਗ ਦੀ ਲਿਫਟਾਂ ਬੁਝ ਗਈਆਂ, ਧੂੰਆਂ ਨਿਕਲਦਾ ਪਿਆ, ਜਦੋਂ ਕੰਪਲੀਟ ਚੰਗੀ ਤਰ੍ਹਾਂ ਅੱਗ ਬੁਝ ਜਾਏਗੀ ਉਸ ਤੋਂ ਬਾਅਦ ਕਾਰਨ ਬਾਰੇ ਦੱਸਿਆ ਜਾ ਸਕਦਾ ਜੀ। ਅੱਗ ਦਾ ਪਤਾ ਲੱਗੇ ਕਾਰਨ ਕੀ ਆ, ਅਫਸਰ ਕੰਮ ਕਰ ਰਹੇ ਸੀ ਅੰਦਰ? ਨਹੀਂ ਭਾਅ ਜੀ, ਇਸ ਬਾਰੇ ਐਟ ਦੀ ਸਟੇਜ ਕੁਛ ਨਹੀਂ ਦੱਸਿਆ ਜਾ ਸਕਦਾ ਕਿਉਂਕਿ ਅਸੀਂ ਜਦੋਂ ਆਏ ਅੱਗ ਚੱਲਦੀ ਪਈ ਸੀ। ਸਾਡਾ ਮੇਨ ਕਸਾਂ ਦਾ ਅੱਗ ਬੁਝਾਉਣ ਦੇ ਉੱਪਰ ਇਸ ਟਾਈਮ ਹੈ ਕਿ ਉੱਪਰ ਕਿੰਨੀ ਮੰਜ਼ਿਲ ਤੇ ਅੱਗ ਹੈ? ਕੀ ਇਹ 5ਵੀਂ ਫਲੋਰ ਤੇ ਅੱਗ ਹੈ ਜੀ? ਕੀ ਅਸਮਾਨ ਕੀ ਰਿਕਾਰਡ ਰੂਮ ਹੈਗਾ ਜਾਂ ਕੁਝ? ਨਹੀਂ, ਇਹਦਾ ਦਫ਼ਤਰ ਦੇ ਬੰਦੇ ਦੱਸ ਸਕਦੇ ਜਿੰਨਾ ਜੀ ਬਿਲਡਿੰਗ ਹੈ ਕਿ ਉਹ ਇਸ ਦਫ਼ਤਰ ਨੂੰ ਕਿਸ ਕੰਮ ਵਾਸਤੇ ਇਸਤੇਮਾਲ ਕਰਦੇ ਆ? ਸਰ, ਅਸੀਂ ਅਤੇ ਆਪਣੇ ਸੇਠੀ ਕੰਪਲੈਕਸ 'ਚ ਅੱਗ ਲੱਗੀ ਸੀ ਜਿਹੜੀ ਸਵੇਰ ਦੀ, ਉਹਨੂੰ ਕੰਟਰੋਲ ਕਰ ਰਹੇ ਸੀ। ਉੱਥੇ ਜਿਸ ਤਰ੍ਹਾਂ ਹੀ ਆਪਣੇ ਜੁਆਇੰਟ ਕਮਿਸ਼ਨਰ ਸਾਹਿਬ ਦਾ, ਕਮਿਸ਼ਨਰ ਸਾਹਿਬ ਦਾ, ADC ਸਾਹਿਬ ਦਾ, SDM ਸਾਹਿਬ ਦਾ ਫੋਨ ਆਇਆ ਵੀ GST ਭਵਨ ਦੇ, ਲੇਕਿਨ ਉਦੋਂ ਪਹਿਲਾਂ ਸਾਨੂੰ ਕਾਲ ਆ ਚੁੱਕੀ ਸੀ ਵੀ ਪਾਸਪੋਰਟ ਦਫ਼ਤਰ ਦੇ ਲਾਗੇ ਅੱਗ ਲੱਗੀ ਹੈ। ਸਾਡੀਆਂ ਗੱਡੀਆਂ ਇੱਥੇ ਪਹੁੰਚ ਚੁੱਕੀਆਂ ਪਰ ਆਪਾਂ ਕਨਫਿਊਜ਼ ਥੋੜ੍ਹੇ ਟਾਈਮ ਲਈ, ਮੈਂ ਹੋ ਗਿਆ ਸੀ, ਗੱਡੀਆਂ ਸਾਡੀਆਂ ਵਰਕ ਕਰ ਰਹੀਆਂ ਸੀ ਵੀ GST ਭਵਨ ਦੇ ਵਿੱਚ ਕਿਤੇ ਅੱਗ ਹੋਰ ਤਾਂ ਨਹੀਂ ਲੱਗੇ, ਲੇਕਿਨ ਆ ਕੇ ਮੌਕੇ ਦੇਖਿਆ ਉਹੀ ਅੱਗ ਸੀ। ਲੋਕ ਪਾਸਪੋਰਟ ਦਫ਼ਤਰ ਦੇ ਲਾਗੇ ਲਾਗੇ ਹੋਣ ਕਰਕੇ ਕਨਫਿਊਜ਼ ਹੋ ਜਾਂਦੇ ਆ। ਅੱਗ ਇਹ ਸਾਡੀ ਕੰਟਰੋਲ ਹੋ ਜਾਏਗੀ ਲਗਭਗ, ਅਸੀਂ ਗੱਡੀਆਂ ਸਾਨੂੰ ਲੋੜ ਪੈਣ ਦੇ, ਸਾਨੂੰ ਜਿਸ ਤਰ੍ਹਾਂ ਆਪਣਾ ਟੈਂਪਰੇਚਰ ਵੱਧ ਰਿਹਾ ਸੀ ਨਾ ਉਸ ਹਿਸਾਬ ਨਾਲ ਲੱਗਦਾ, ਮੈਂ ਲੁਧਿਆਣੇ ਤੋਂ ਵੀ 2 ਟੈਂਕਰ ਮੰਗਵਾ ਲਏ ਨੇ, ਲੇਕਿਨ ਸਾਨੂੰ ਉਹਦੀ ਲੋੜ ਨਹੀਂ ਪੈਣੀ। ਕਿਹੜੀ ਜਗ੍ਹਾ 'ਤੇ ਲੱਗੇ, ਕਿੰਨੀ ਮੰਜ਼ਿਲ 'ਤੇ? ਇਹ ਸਰ 5ਵਾਂ ਫਲੋਰ ਹੈਗਾ GST ਭਵਨ ਹੈਗਾ। ਇਹਦੇ ਵਿੱਚ ਮੇਰੇ ਖਿਆਲ ਆਫਿਸ ਏਰੀਆ ਹੀ ਆ, ਬਹੁਤਾ ਨਹੀਂ ਹੈ ਮੇਰੇ ਖਿਆਲ, ਕੋਈ ਇੰਡਸਟਰੀ ਵਗੈਰਾ ਨਹੀਂ, ਆਫਿਸ ਏਰੀਆ ਹੀ ਲੱਗਦਾ ਹੈਗਾ। ਬਾਕੀ ਅਸੀਂ ਅੰਦਰ ਜਾ ਕੇ ਨਾ ਪੁੱਛ ਗਿੱਛ ਕੀਤੀ ਨਾ ਸਾਨੂੰ ਰਿਕਾਰਡ ਰੂਮ ਹੈ ਉੱਪਰ ਸਰ ਨਹੀਂ, ਅਜੇ ਤੱਕ ਅੰਦਰ ਨਹੀਂ ਤੂੰ ਨਹੀਂ, ਗੱਡੀਆਂ ਦੀ ਕੋਈ ਐਂਟਰੀ ਨਹੀਂ, ਕੋਈ ਗਿਣਤੀ ਨਹੀਂ ਹੈ। ਗੱਡੀਆਂ ਜਿਹੜੀਆਂ ਹੋਣ ਡੀਆਂ ਖਾਲੀ ਭਰ ਕੇ ਰਿਲਾਇੰਸ ਮੋਲ ਤੋਂ, ਇੱਧਰੋਂ MBD ਮੋਲ ਤੋਂ, ਜਾਂ ਇੱਥੋਂ ਬੱਸ ਸਟੈਂਡ ਤੋਂ, ਜਿੱਥੋਂ ਵੀ ਆਪਾਂ ਭਰ ਕੇ ਲਈ ਆ ਰਹੇ ਹਾਂ, ਕੋਈ ਗੱਲ ਨਹੀਂ, ਗੱਡੀਆਂ ਜਿੰਨੀਆਂ ਵੀ ਲੱਗਣਾ ਆ ਕੰਟਰੋਲ ਕਰਨਾ ਬਚਾਉਣਾ, ਅੱਗ ਨੂੰ ਦੋਵੇਂ ਪਾਸੇ ਆਪਾਂ ਐਂਟਰੀ ਕਰਕੇ ਕੰਟਰੋਲ ਕਰ ਲਿਆ, ਲੇਕਿਨ ਅਜੇ ਤੱਕ ਸਾਡੀ ਉੱਪਰਲੇ ਫਲੋਰ 'ਚ ਪੂਰੀ ਐਂਟਰੀ ਬਾਕੀ ਹੈਗੀ। ਟੌਪ 'ਤੇ ਰਹਿੰਦੇ ਆ ਜੀ, ਉਹਨਾਂ ਨੇ ਮਿੰਟੋ ਮਿੰਟ ਹੀ ਬਿਲਡਿੰਗਾਂ ਦੇ ਵਿੱਚ ਘੁੰਮੇ ਵੀ ਕੀ ਗੱਲ ਹੋ ਗਈ ਆ ਜੀ, ਉਹਨਾਂ ਨੂੰ ਪਤਾ ਲੱਗਾ ਵੀ ਧੂੰਆਂ ਹੋ ਗਿਆ। ਫਿਰ ਉਹਨਾਂ ਨੇ ਇਹਨਾਂ ਦੇ ਸੀਨੀਅਰ ਅਧਿਕਾਰੀਆਂ ਦੇ ਆਬਕਾਰੀ ਵਿਭਾਗ ਵਾਲਿਆਂ ਨੂੰ ਦੱਸਿਆ ਸੀ ਵੀ ਆਹ ਚੀਜ਼ ਆ, ਫਿਰ ਪੂਰੀ ਜਿੰਨੇ ਬਿਲਡਿੰਗ ਦੇ ਵਿੱਚ ਸਟਾਫ ਆ ਉਹਨਾਂ ਨੂੰ ਮਤਲਬ ਬਿਲਡਿੰਗ ਜਿਹੜੀ ਆ ਮਿੰਟੋ ਮਿੰਟੀ ਖਾਲੀ ਕਰਾਈ ਗਈ, ਲਾਗੇ ਗੱਡੀਆਂ ਵਗੈਰਾ ਖੜੀਆਂ ਸੀਗੀਆਂ ਅਤੇ ਗੱਡੀਆਂ ਬਾਹਰ ਬੇਸਮੈਂਟ ਤੋਂ ਕਢਾਈਆਂ ਗਈਆਂ ਜੀ। ਕੋਈ ਜਾਨੀ ਮੰਨ ਲਓ ਉੱਦਾਂ ਤਾਂ ਨੁਕਸਾਨ ਹੈਗਾ ਵਾ ਬਿਲਡਿੰਗ ਦੇ ਰਿਕਾਰਡ ਦਾ,
ਬਹੁਤ ਜ਼ਿਆਦਾ ਅੱਗ ਲੱਗ ਗਈ ਇੱਕਦਮ। ਪਰ ਪਰਮਾਤਮਾ ਦਾ ਸ਼ੁਕਰ ਆ ਵੀ ਕੋਈ ਇਹੋ ਜਿਹੀ ਜਾਨ ਮਾਲ ਦੀ ਨਹੀਂ ਹੋਈ। ਉੱਤੇ ਜਿਹੜੇ ਮੁਲਾਜ਼ਮ ਸੀ ਉਹਨਾਂ ਦਾ ਅਸਲਾ ਵੀ ਸੀਗਾ, ਅਸਲੇ ਨੂੰ ਤੁਰੰਤ ਬਾਹਰ ਕੱਢਿਆ ਗਿਆ ਵਾ, ਲਿਆਂਦਾ ਗਿਆ ਵਾ ਵੀ ਬਾਕੀ ਸੁਰੱਖਿਅਤ ਹੈ, ਅਤੇ ਮੌਕੇ 'ਤੇ ਫਾਇਰ ਬ੍ਰਿਗੇਡ ਨੂੰ ਸੱਦਿਆ ਗਿਆ ਵਾ, ਜੋ ਕਿ ਬਹੁਤ ਤੁਰੰਤ ਹੀ ਚੰਦ ਹੀ ਮਿੰਟਾਂ ਦੇ ਵਿੱਚ ਫਾਇਰ ਬ੍ਰਿਗੇਡ ਆ ਗਈ ਆ ਹੁਣ, ਅਤੇ ਉਹ ਅੱਗ 'ਤੇ ਕਾਬੂ ਪਾਇਆ ਜਾ ਰਿਹਾ। ਪਰ ਅੱਗ ਜ਼ਿਆਦਾ ਹੋਣ ਕਰਕੇ ਇਹ ਕੁਛ ਟਾਈਮ ਲੱਗੂਗਾ ਜੀ। ਜਦੋਂ ਅੱਗ ਲੱਗੀ ਉੱਪਰ ਲੱਗੀ ਹੈ, ਅੱਗ ਦਾ ਕਾਰਨ ਪਤਾ ਲੱਗਿਆ? ਅੱਗ ਦਾ ਹਜੇ ਕੋਈ ਨਹੀਂ, ਮੰਨ ਲਓ ਪਤਾ ਲੱਗਾ, ਸਿਰਫ ਧੂੰਆਂ ਨਿਕਲਿਆ, ਹੋ ਸਕਦਾ ਵੀ ਸ਼ਾਰਟ ਸਰਕਟ ਹੋਇਆ ਹੋਵੇ। ਕਿੱਦਾਂ ਅੱਗ 5ਵੇਂ ਫਲੋਰ 'ਤੇ ਲੱਗੀ ਹੋਈ ਹੈ, ਅੱਗ ਦਾ ਰਾਹ ਵੀ ਜਿਹੜਾ ਨਹੀਂ ਮਿਲਦਾ ਪਿਆ ਹੈਗਾ? ਰਾਹ ਇੱਦਾਂ ਜੀ, ਇਹਦੀ ਜਿਹੜੀ ਹੈਗਾ ਵਾ ਪੌੜੀਆਂ ਜ਼ਰੀਆ ਹੈਗਾ ਵਾ ਇੱਕ, ਅਤੇ ਪੌੜੀਆਂ 'ਤੇ ਬਾਕੀ ਜਿਹੜੀ ਬਿਲਡਿੰਗ ਆ, ਇਹਦੇ ਬਿਲਡਿੰਗ ਦੇ ਚਾਰ ਸਪਰੇ ਗੈਲਰੀ ਆ, ਅਤੇ ਜਿੱਧਰਲੇ ਪਾਸੇ ਗੈਲਰੀ ਆ ਉਹ ਤੋਂ ਦੂਸਰੇ ਪਾਸੇ ਦੀ ਕੋਈ ਰਸਤਾ ਹੈ ਨੀਗਾ ਹੋਰ ਇਲਾਵਾ ਇਸ ਤੋਂ, ਜੋ ਗੈਲਰੀ ਹੋਣ ਕਰਕੇ ਵੀ ਪ੍ਰੋਪਰ ਪਹਿਲਾਂ ਅੱਗ ਦੇ ਕਾਬੂ ਫਾਇਰ ਬ੍ਰਿਗੇਡ ਦੀ ਉੱਥੇ ਤੱਕ ਪਾਈਪਾਂ ਨਹੀਂ ਪਹੁੰਚਾ। ਜਾਨੀ ਨੁਕਸਾਨ ਹੋਇਆ? ਨਹੀਂ ਕੋਈ ਜਾਨੀ ਨੁਕਸਾਨ ਕੋਈ। ਪਾਰਟੀਕਲ ਰਿਕਾਰਡ ਰੂਮ ਹੈ ਜਾਂ ਉਹਦਾ ਸਟੋਰ ਰੂਮ ਬਣਾਇਆ ਗਿਆ? ਹਾਂਜੀ ਪਾਰਟੀਕਲ ਰਿਕਾਰਡ ਰੂਮ ਹੈ ਤੁਹਾਡਾ ਸਾਰਾ ਦਫ਼ਤਰ ਹੈ ਜੀ ਇਹ।